ਲੁਧਿਆਣਾ ਦੇ ਮਨੋਜ ਜੈਨ ਇਨੀ ਦਿਨੀ ਸੋਸ਼ਲ ਮੀਡੀਆ ਤੇ ਖੂਬ ਸ਼ਾਇ ਹੋਏ ਰਹੇ ਟੀਵੀ ਚੈਨਲ ਦੇ ਸ਼ੋਅ ਹੁਨਰ ਬਾਜ਼ ਵਿੱਚ ਦੇਸ਼ ਭਰ ਦੇ ਇਹ ਜਾਦੂਗਰਾਂ ਨੂੰ ਮਾਤ ਦੇ ਕੇ ਸੈਮੀਫਾਈਨਲ ਦੇ ਵਿੱਚ ਪਹੁੰਚਣ ਵਾਲੇ ਮਨੋਜ ਜੈਨ ਦੇ ਹੱਥ ਦੀ ਸਫਾਈ ਅਤੇ ਤਕਨੀਕ ਨੇ ਦੇਸ਼ ਭਰ ਦੇ ਲੋਕ ਉਹਨਾਂ ਦੀ ਸਫਾਈ ਦੇ ਮੁਰੀਦ ਬਣ ਗਏ ਨੇ ਮਨੋਜ ਲੁਧਿਆਣਾ ਦਾ ਰਹਿਣ ਵਾਲੇ ਨੇ ਅਤੇ ਆ 35 ਸਾਲ ਤੋਂ ਜਾਦੂ ਕਰ ਰਹੇ ਨੇ ਤੇ ਸ਼ੋਅ ਅਦrar ਵਿਖਾਏਗੇ ਟਰਿਕ ਹੁਣ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੇ ਨੇ ਤੇ ਮਨੋਜ ਜੈਨ ਦੇ ਲੱਖਾਂ ਲੋਕ ਫੈਨ ਬਣ ਚੁੱਕੇ ਨੇ ਤੇ ਮਨੋਜ ਜੈਨ ਨੇ ਦੱਸਿਆ ਕਿ ਛੋਟੇ ਹੁੰਦੇ ਉਹ ਨੈਸ਼ਨਲ ਚੈਨਲ ਰਮਾਇਣ ਅਤੇ ਮਹਾਭਾਰਤ ਜਦੋਂ ਵੇਖਦਾ ਸੀ ਤਾਂ ਉਸ ਨੂੰ ਜਗਿਆਸਾ ਹੁੰਦੀ ਸੀ ਕਿ ਉਸ ਵਿੱਚ ਵੀ ਅਜਿਹੀਆਂ ਸ਼ਕਤੀਆਂ ਆਉਣ ਅਤੇ ਫਿਰ ਬਚਪਨ ਤੋਂ ਹੀ ਉਹ ਜਾਦੂ ਦਾ دیਵਾਨਾ ਬਣ ਗਏ ਆਨੇ ਚ ਆਪਣੇ ਮਨੋਜ ਜਨ ਜੀ ਜੋ ਕਿ ਬਤੌਰ ਜਾਦੂਗਰ ਜਿਨ੍ਹਾਂ ਨੇ ਕਲਰ ਦੇ ਉੱਪਰ ਜਿਹੜਾ ਸ਼ੋਅ ਚੱਲ ਰਿਹਾ ਹਨਰਵਾਜ ਉਹਦੇ ਵਿੱਚ ਇਹਨਾਂ ਨੇ ਬਹੁਤ ਬੈਸਟ ਪਰਫਾਰਮ ਕੀਤਾ ਉਹਦੇ ਵਿੱਚ ਇਹਨਾਂ ਨੂੰ ਜਿਹੜਾ ਵਾ ਬਹੁਤ ਵਧੀਆ ਪ੍ਰਾਈਜ਼ ਮਿਲਿਆ ਵਾ ਅੱਜ ਲੁਧਿਆਣੇ ਚੋਂ ਇਹਨਾਂ ਨੇ ਉੱਠ ਕੇ ਇੱਕ ਜਾਦੂਗਰ ਜੋ ਕਿ ਇਹਨਾਂ ਦਾ ਇੱਕ ਸ਼ੌਕ ਸੀ ਉਹਨੂੰ ਪ੍ਰੋਫੈਸ਼ਨ ਚ ਇਹਨਾਂ ਨੇ ਕਨਵਰਟ ਕਰਦੇ ਹੋਏ ਅੱਜ ਇਹ ਕਲਰ ਦੇ ਵਿੱਚ ਇਹਨਾਂ ਨੇ ਇਹ ਸ਼ੋਅ ਕੀਤਾ ਵਾ ਔਰ ਮੈਂ ਇਹਨਾਂ ਨੂੰ ਵਧਾਈ ਦੇਣ ਆਇਆ ਇਹਨਾਂ ਨੂੰ ਮੈਂ ਸਨਮਾਨਿਤ ਕਰਨਾ ਆਇਆ ਬਿਲਕੁਲ ਜੀ ਦੇਖੋ ਜਿੰਨਾ ਜ਼ਿਆਦਾ ਬੱਚੇ ਆਰਟ ਦੇ ਵਲ ਆਣਗੇ ਉਹਨਾਂ ਹੀ ਇਸ ਆਰਟ ਦੇ ਪ੍ਰਤੀ ਜੋ ਇੱਕ ਅੰਧਵਿਸ਼ਵਾਸ ਲੋਕਾਂ ਦੇ ਮਨ ਚ ਅੱਜ ਵੀ ਕਾਇਮ ਹੈ ਉਹ ਦੂਰ ਹੁੰਦਾ ਜਾਏਗਾ ਤੇ ਅਸੀਂ ਤਾਂ ਚਾਹਾਂਗੇ ਕਿ ਵੱਧ ਤੋਂ ਵੱਧ ਬੱਚੇ ਇਸ ਆਰਟ ਨੂੰ ਸਿੱਖਣ